ਹੈਲੋ ਗਾਇਸ, ਹੋਪ ਸੋ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ। ਅਤੇ ਅੱਜ ਮੈਂ ਤਿਆਰ ਹੋ ਚੁੱਕੀ ਸੀ ਅਤੇ ਇੱਥੇ ਮੇਰੇ ਹਸਬੈਂਡ ਮੈਨੂੰ ਛੱਡਣ ਦੇ ਲਈ ਜਾ ਰਹੇ ਸੀਗੇ ਅੱਜ। ਅਤੇ ਮੈਂ ਆਫਿਸ ਪਹੁੰਚ ਕੇ ਥੋੜ੍ਹਾ ਬਹੁਤਾ ਕੰਮ ਕੀਤਾ ਅਤੇ ਉਸ ਤੋਂ ਬਾਅਦ ਮੈਨੂੰ ਲੱਗਦੀ ਪਈ ਸੀ ਭੁੱਖ, ਤਾਂ ਮੈਂ ਮੰਗਾ ਲਿਆ ਸਮੋਸਾ, ਨਾਲ ਪੀਤੀ ਗਰਮ ਗਰਮ ਚਾਹ। ਸਮੋਸਾ ਬਹੁਤ ਹੀ ਜ਼ਿਆਦਾ ਟੇਸਟੀ ਸੀਗਾ। ਉਸ ਤੋਂ ਬਾਅਦ ਅੱਜ ਫਿਰ ਥੋੜ੍ਹੀ ਬਹੁਤੀ ਧੁੱਪ ਨਿਕਲੀ ਸੀ ਤਾਂ ਮੈਂ ਥੋੜ੍ਹੀ ਬਹੁਤੀ ਧੁੱਪ ਸੇਕੀ। ਫਿਰ ਅੱਜ ਮੈਨੇ ਘਰ ਜਲਦੀ ਜਾਣਾ ਸੀਗਾ ਤਾਂ ਮੈਂ ਉੱਥੋਂ ਨਿਕਲ ਚੁੱਕੀ ਸੀਗੀ। ਰਸਤੇ ਵਿੱਚ ਮੈਨੇ ਦੇਖੇ ਦੋ ਪੱਪੀਜ਼, ਬਹੁਤ ਕਿਊਟ ਸੀਗੇ। ਫਿਰ ਮੈਂ ਬੱਸ ਸਟੈਂਡ ਪਹੁੰਚ ਗਈ ਸੀ ਅਤੇ ਬੱਸ ਦੀ ਵੇਟ ਕਰ ਰਹੀ ਸੀਗੀ। ਫਾਈਨਲੀ ਮੈਨੂੰ ਬੱਸ ਮਿਲ ਗਈ ਸੀਗੀ ਅਤੇ ਮੈਂ ਪਹੁੰਚ ਗਈ ਸੀਗੀ ਆਪਣੇ ਪਿੰਡ। ਫਿਰ ਉੱਥੇ ਮੇਰੇ ਹਸਬੈਂਡ ਮੈਨੂੰ ਲੈਣ ਆ ਗਏ ਸੀਗੇ ਅਤੇ ਫਿਰ ਅਸੀਂ ਘਰ ਗਏ। ਮੈਂ ਕੱਪੜੇ ਚੇਂਜ ਕਰਕੇ ਦੁੱਧ ਗਰਮ ਕੀਤਾ। ਅੱਜ ਬਹੁਤ ਹੀ ਜ਼ਿਆਦਾ ਹਵਾ ਚੱਲ ਰਹੀ ਸੀ ਤਾਂ ਚੁੱਲ੍ਹੇ ਦਾ ਧੂੰਆਂ ਮੇਰੀ ਅੱਖਾਂ ਦੇ ਵਿੱਚ ਪੈ ਰਿਹਾ ਸੀ ਅਤੇ ਅੱਖਾਂ 'ਚੋਂ ਪਾਣੀ ਨਿਕਲਣ ਲੱਗ ਗਿਆ ਸੀ। ਫਿਰ ਮੈਂ ਲਾਈਆਂ ਰੋਟੀਆਂ, ਕਿਉਂਕਿ ਚੁੱਲ੍ਹੇ 'ਤੇ ਤਾਂ ਰੋਟੀਆਂ ਲੈਣੀਆਂ ਨਹੀਂ ਸੀ, ਬਹੁਤ ਜ਼ਿਆਦਾ ਹਵਾ ਚੱਲਦੀ ਪਈ ਸੀ। ਅਤੇ ਸੀ ਅੱਜ ਦਾ ਮੇਰਾ ਛੋਟਾ ਜਿਹਾ ਮਿੰਨੀ ਵਲੌਗ। ਜੇ ਤੁਹਾਨੂੰ ਪਸੰਦ ਆਇਆ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ